ਇਹ ਸਾਰੇ ਸੰਗਰੂਰ ਵਾਲੇ ਜਾਣਦੇ ਆ ਅਤੇ ਸਾਰੇ ਪੰਜਾਬ ਵਾਲੇ ਜਾਣਦੇ ਆ ਕਿ ਅੱਜ ਦੀ ਘੜੀ ਅਕਾਲੀ ਦਲ ਨੂੰ ਇਲੈਕਸ਼ਨ ਲੜਨ ਲਈ ਕੋਈ ਬੰਦਾ ਨਹੀਂ ਮਿਲ ਰਿਹਾ। ਢੀਂਡਸਾ ਸਾਹਿਬ ਨੇ 15-20 ਦਿਨਾਂ 'ਚ ਦੇਖਿਆ ਫਿਰ ਪੁਰ ਕੇ ਵੀ ਭਾਈ ਗਰਾਊਂਡ 'ਤੇ ਕੀ ਹਾਲਾਤ ਨੇ, ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਢੀਂਡਸਾ ਸਾਹਿਬ ਨੇ ਕਿਹਾ ਵੀ ਭਾਈ ਮੈਂ ਇਲੈਕਸ਼ਨ ਨਹੀਂ ਲੜਨੀ, ਸੁਖਬੀਰ ਜੀ ਕੋਈ ਬੰਦਾ ਹੋਰ ਦੇਖੋ। ਵੀ ਲੌਂਗੋਵਾਲ ਸਾਹਿਬ ਅਤੇ ਢੀਂਡਸਾ ਸਾਹਿਬ ਨੇ ਇਹੀ ਕਹਿ ਕੇ ਮਨਾ ਕੀਤਾ ਹੋਣਾ ਵੀ ਪ੍ਰਧਾਨ ਜੀ ਜਦੋਂ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਫਿਰ ਸਾਨੂੰ ਫਸਾਉਣ ਨੂੰ ਕੋਈ ਫਿਰਦੇ ਆ। ਪਰ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਸਿਟਿੰਗ ਐਮ ਪੀ ਹੈ, ਸਪਸ਼ਟ ਸ਼ਬਦਾਂ 'ਚ ਕਹਿਣਾ ਚਾਹੁੰਦਾ ਕਿ ਬੀਬਾ ਜੀ ਜਿੱਥੋਂ ਮਰਜ਼ੀ ਇਲੈਕਸ਼ਨ ਲੜ ਲਓ, ਹਾਰ ਤੁਹਾਡੀ ਸਾਰੇ ਕਿਤੋਂ ਹੋਣੀ ਹੈ। ਇਹ ਹੁਣ ਤੁਸੀਂ ਦੇਖਣਾ ਬਠਿੰਡੇ ਵਾਲਿਆਂ ਤੋਂ ਹਾਰਨਾ, ਉਹ ਬਾਰਡਰ ਵਾਲੇ ਫਿਰੋਜ਼ਪੁਰ ਵਾਲੇ ਤੋਂ ਹਾਰਨਾ ਕਿ ਮਾਝੇ 'ਚ ਜਾ ਕੇ ਹਾਰਨਾ। ਦੇਖੋ ਜੀ, ਇਹ ਸਾਰੇ ਸੰਗਰੂਰ ਵਾਲੇ ਜਾਣਦੇ ਆ ਅਤੇ ਸਾਰੇ ਪੰਜਾਬ ਵਾਲੇ ਜਾਣਦੇ ਆ ਕਿ ਅੱਜ ਦੀ ਘੜੀ ਅਕਾਲੀ ਦਲ ਨੂੰ ਇਲੈਕਸ਼ਨ ਲੜਨ ਲਈ ਕੋਈ ਬੰਦਾ ਨਹੀਂ ਮਿਲ ਰਿਹਾ। ਅਸੀਂ ਚੂੰਦਾ ਸਾਹਿਬ ਦਾ ਚਲੋ ਬੜਾ ਸਤਿਕਾਰ ਕਰਦੇ ਹਾਂ, ਪਰ ਮਜਬੂਰੀ ਬਸ ਉਹਨਾਂ ਨੂੰ ਜਿਹੜਾ ਉਤਾਰਿਆ ਗਿਆ, ਕਿਉਂਕਿ ਸਾਰੇ ਜਾਣਦੇ ਹਾਂ ਕੁਛ ਦਿਨ ਪਹਿਲਾਂ ਪਰਮਿੰਦਰ ਢੀਂਡਸਾ ਜੀ ਨੂੰ ਦੁਬਾਰਾ ਜਦੋਂ ਰਲੇਵਾ ਹੋਇਆ ਇਹਨਾਂ ਨੇ ਕਿਹਾ ਵੀ ਘਰ ਵਾਪਸੀ ਹੋ ਗਈ, ਉਹਨਾਂ ਨੇ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ। ਢੀਂਡਸਾ ਸਾਹਿਬ ਨੇ 15-20 ਦਿਨਾਂ 'ਚ ਦੇਖਿਆ ਫਿਰ ਪੁਰ ਕੇ ਵੀ ਭਾਈ ਗਰਾਊਂਡ 'ਤੇ ਕੀ ਹਾਲਾਤ ਨੇ, ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਢੀਂਡਸਾ ਸਾਹਿਬ ਨੇ ਕਿਹਾ ਵੀ ਭਾਈ ਮੈਂ ਇਲੈਕਸ਼ਨ ਨਹੀਂ ਲੜਨੀ, ਸੁਖਬੀਰ ਜੀ ਕੋਈ ਬੰਦਾ ਹੋਰ ਦੇਖੋ। ਫਿਰ ਸੁਖਬੀਰ ਜੀ ਤੁਹਾਡੇ ਯਾਦ ਹੈ ਲੌਂਗੋਵਾਲ ਘਰ ਦੇ, ਲੌਂਗੋਵਾਲ ਸਾਹਿਬ ਦੇ ਘਰ ਆਏ ਅਤੇ ਮੈਨੂੰ ਲੱਗਦਾ ਵੀ ਹੱਥ ਲੌਂਗੋਵਾਲ ਸਾਹਿਬ ਨੇ ਵੀ ਨਹੀਂ ਧਰਾਇਆ। ਇਸੇ ਕਰਕੇ ਝੂੰਦਾ ਸਾਹਿਬ ਨੂੰ ਕਿਹਾ ਗਿਆ ਵੀ ਭਾਈ ਇਲੈਕਸ਼ਨ ਤੁਸੀਂ ਲੜਨੀ ਆ। ਚਲੋ ਝੂੰਦਾ ਸਾਹਿਬ ਲੜਨਗੇ, ਪਰ ਸਵਾਲ ਇੱਥੋਂ ਪੈਦਾ ਹੁੰਦਾ ਅਤੇ ਮੈਨੂੰ ਲੱਗਦਾ ਵੀ ਲੌਂਗੋਵਾਲ ਸਾਹਿਬ ਅਤੇ ਢੀਂਡਸਾ ਸਾਹਿਬ ਨੇ ਇਹੀ ਕਹਿ ਕੇ ਮਨਾ ਕੀਤਾ ਹੋਣਾ ਵੀ ਪ੍ਰਧਾਨ ਜੀ ਜਦੋਂ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਫਿਰ ਸਾਨੂੰ ਫਸਾਉਣ ਨੂੰ ਕੋਈ ਫਿਰਦੇ ਆ। ਤੁਸੀਂ ਜਿੱਤੇ ਹੋਏ ਐਮ ਪੀ ਹੋ, ਸਿਟਿੰਗ ਐਮ ਪੀ ਹੋ, ਪਾਰਟੀ ਦੇ ਪ੍ਰਧਾਨ ਹੋ ਅਤੇ ਤੁਸੀਂ ਇਲੈਕਸ਼ਨ ਲੜਨ ਤੋਂ ਜਵਾਬ ਦੇ ਰਹੇ ਹੋ ਤਾਂ ਸਾਨੂੰ ਕਿਉਂ ਕਹਿ ਰਹੇ ਹੋ? ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਵੀ ਪੂਰੇ ਪੰਜਾਬ 'ਚ ਆ ਜਿਹੜਾ ਡਰਾਮਾ ਕੀਤਾ ਮੈਂ ਪੰਜਾਬ ਬਚਾਓ, ਸਾਰੇ ਪੰਜਾਬ 'ਚ ਟੈਂਪਰੇਚਰ ਚੈੱਕ ਕੀਤਾ ਅਤੇ ਉੱਥੇ ਗੱਲ ਕਲੀਅਰ ਹੋ ਗਈ, ਉਹਨੂੰ ਵੀ ਪਤਾ ਲੱਗ ਗਿਆ ਵੀ ਗਰਾਊਂਡ 'ਤੇ ਹਾਲਾਤ ਕੀ ਨੇ। ਇਸੇ ਕਰਕੇ ਅੱਜ ਨਾਪਲ ਇਲੈਕਸ਼ਨ ਲੜ ਰਹੇ ਆ, ਇਸੇ ਕਰਕੇ ਅੱਜ 7 ਟਿਕਟਾਂ ਅਨਾਊਂਸ ਕੀਤੀਆਂ। ਪਰ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਸਿਟਿੰਗ ਐਮ ਪੀ ਹੈ ਉਹਨਾਂ ਦੀ ਟਿਕਟ ਨਹੀਂ ਅਨਾਊਂਸ ਕੀਤੀ, ਕਿਉਂਕਿ ਉਹ ਵੀ ਚੈੱਕ ਕਰ ਰਹੇ ਆ ਵੀ ਬਠਿੰਡਿਓਂ ਲੜੀਏ, ਫਿਰੋਜ਼ਪੁਰੋਂ ਲੜੀਏ ਕਿ ਖਡੂਰ ਸਾਹਿਬ ਤੋਂ ਲੜੀਏ। ਪਰ ਮੈਂ ਬੜਾ ਸਪਸ਼ਟ ਸ਼ਬਦਾਂ 'ਚ ਕਹਿਣਾ ਚਾਹੁੰਦਾ ਕਿ ਬੀਬਾ ਜੀ ਜਿੱਥੋਂ ਮਰਜ਼ੀ ਇਲੈਕਸ਼ਨ ਲੜ ਲਓ, ਹਾਰ ਤੁਹਾਡੀ ਸਾਰੇ ਕਿਤੋਂ ਹੋਣੀ ਹੈ। ਇਹ ਹੁਣ ਤੁਸੀਂ ਦੇਖਣਾ ਵੀ ਬਠਿੰਡੇ ਵਾਲਿਆਂ ਤੋਂ ਹਾਰਨਾ, ਉਹ ਬਾਰਡਰ ਵਾਲੇ ਫਿਰੋਜ਼ਪੁਰ ਵਾਲੇ ਤੋਂ ਹਾਰਨਾ ਕਿ ਮਾਝੇ 'ਚ ਜਾ ਕੇ ਹਾਰਨਾ। ਮੈਂ ਤਾਂ ਕਹੂੰਗਾ ਵੀ ਪਹਿਲਾਂ ਚਲੋ ਬਠਿੰਡੇ ਵਾਲੇ ਨੇ 3 ਵਾਰੀ ਵੋਟਾਂ ਪਾਈਆਂ ਨੇ, ਉੱਥੋਂ ਹੀ ਹਾਰ ਜੋ ਚੰਗਾ, ਪਰ ਹਾਰ ਸਾਹਮਣੇ ਕੰਨ 'ਤੇ ਲਿਖੀ ਹੋਈ ਹੈ। ਕੀ ਸਮਝਦੇ ਕਿ ਹਰਸਿਮਰਤ ਕੌਰ ਬਾਦਲ ਵੀ ਜਵਾਬ ਦੇ ਸਕਦੇ ਨੇ, ਜਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਵੀ ਜਗ੍ਹਾ ਦੇਖ ਰਹੇ, ਸੇਫ ਸੀਟ ਲੱਭ ਰਹੇ ਵੀ ਮੈਂ ਕਿੱਥੋਂ ਜਿੱਤ ਸਕਦੇ ਜੇ ਜਿੱਤ ਸਕਦੇ? ਮੈਂ ਉਹੀ ਤਾਂ ਕਹਿਣਾ, ਉਹ ਇਹ ਦੇਖ ਰਿਹਾ ਵੀ ਤਿੰਨਾਂ 'ਚੋਂ ਸੇਫ ਕਿਹੜੀ ਹੈ, ਪਰ ਮੈਂ ਇਹੀ ਕਹਿਣਾ ਵੀ ਤਿੰਨਾਂ 'ਚੋਂ ਮਾਰਜਨ ਦਾ 19-21 ਦਾ ਫਰਕ ਪੈ ਸਕਦਾ, ਪਰ ਹਾਰ ਤਿੰਨਾਂ 'ਚੋਂ ਪੱਕੀ ਹੈ। ਇਹ ਦੇਖ ਲੈਣ ਵੀ ਕਿਹੜਿਆਂ ਤੋਂ ਹਾਰਨਾ, ਫਿਰੋਜ਼ਪੁਰ ਵਾਲੇ ਲੋਕਾਂ ਤੋਂ ਹਾਰਨਾ, ਖਡੂਰ ਸਾਹਿਬ ਵਾਲਿਆਂ ਤੋਂ ਹਾਰਨਾ ਕਿ ਬਠਿੰਡੇ ਵਾਲੇ ਤੋਂ ਹਾਰਨਾ? ਜੇ ਇੰਨਾ ਹੌਸਲਾ ਹੁੰਦਾ, ਕਹਿ ਲਓ ਵੀ ਇਹ ਵਿਸ਼ਵਾਸ ਹੁੰਦਾ ਵੀ ਮੈਂ ਜਿੱਤੂ, ਤਾਂ ਲੀਡਰਾਂ ਦੀ ਸੀਨੀਅਰਾਂ ਦੀ ਟਿਕਟ ਤਾਂ ਪਹਿਲਾਂ ਅਨਾਊਂਸ ਹੁੰਦੀ ਹੈ, ਜਿੱਤੇ ਹੋਏ ਐਮ ਪੀ ਦੀ ਟਿਕਟ ਅਨਾਊਂਸ ਹੋਣਾ, ਇਹ ਤੋਂ ਪਤਾ ਲੱਗਦਾ ਵੀ ਅਕਾਲੀ ਦਲ ਘਬਰਾਇਆ ਹੋਇਆ, ਧਰਤੀ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਅਤੇ ਰਿਜ਼ਲਟ ਸਾਰੇ ਲੋਕਾਂ ਨੂੰ 4 ਤਰੀਕ ਨੂੰ ਪਤਾ ਲੱਗ ਜਾਵੇ। ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਹੈ ਕਿ ਸੁਖਪਾਲ ਖਹਿਰਾ ਨੇ ਸੰਗਰੂਰ ਆ ਸਕਦੇ ਨੇ,
99% ਉਹ ਕਹਿੰਦੇ ਨੇ ਵੀ ਹੋ ਚੁੱਕਿਆ ਉਹਨਾਂ ਦਾ ਕਲੀਅਰ ਐਲਾਨ ਹੋਣਾ ਬਾਕੀ, ਕਿਸ ਤਰ੍ਹਾਂ ਦੇ ਦੇਣਗੇ ਜੇਕਰ ਸੁਖਪਾਲ ਖਹਿਰਾ ਇੱਥੇ ਤੁਹਾਡੇ ਬਰਾਬਰ ਨਾ? ਦੇਖੋ ਪਾਰਟੀ ਹੈ ਜਿਹਨੂੰ ਮਰਜ਼ੀ ਟਿਕਟ ਦੇ ਸਕਦੀ ਹੈ, ਪਰ ਕਾਂਗਰਸ ਦਾ ਵੀ ਉਹੀ ਦੇਖੋ, ਇੱਥੋਂ ਜੋ ਸਿੰਗਲਾ ਸਾਹਿਬ ਦੇ ਬੰਦੇ ਵੀ ਦੱਸਦੇ ਵੀ ਸਿੰਗਲਾ ਸਾਹਿਬ ਵੀ ਕਹਿ ਰਿਹਾ ਮੈਂ ਇਲੈਕਸ਼ਨ ਨਹੀਂ ਲੜਨੀ, ਆਈਂ ਬੀਬੀ ਪੱਠਲ ਉਹਨਾਂ ਦੇ ਬੰਦੇ ਵੀ ਕਹਿ ਰਹੇ ਵੀ ਪੱਠਲ ਜੀ ਕਹਿ ਰਿਹਾ ਵੀ ਮੈਂ ਇਲੈਕਸ਼ਨ ਨਹੀਂ ਲੜਨੀ। ਅਸਲ 'ਚ ਗੱਲ ਉਹੀ ਹੈ, ਕਾਂਗਰਸ ਨੂੰ ਵੀ ਕੋਈ ਲੋਕਲ ਬੰਦਾ ਨਹੀਂ ਮਿਲ ਰਿਹਾ, ਇਸੇ ਕਰਕੇ ਤੁਸੀਂ ਦੇਖੋ ਵੀ ਕਿੱਥੋਂ ਲਿਆ ਰਹੇ ਆ। ਉਹ ਵੀ ਖਹਿਰਾ ਸਾਹਿਬ ਦਾ ਵੀ ਜ਼ਿਕਰ ਕਰੀਏ, ਸੰਗਰੂਰ 'ਚੋਂ ਤਾਂ ਬਾਹਰਲੇ ਹੈ ਹੀ ਹੈ, ਉਹ ਕਾਂਗਰਸ 'ਚੋਂ ਵੀ ਬਾਹਰਲੇ ਹੈ, ਕਿਉਂਕਿ ਕਾਂਗਰਸ 'ਚੋਂ ਵੀ ਕਿਹੜਾ ਉਹ ਕਦੇ ਕਿਹੜੀ ਪਾਰਟੀ 'ਚ ਕਦੇ ਕਿਹੜੀ ਪਾਰਟੀ 'ਚ। ਸੋ ਇਹਦਾ ਫੈਸਲਾ ਡੈਮੋਕ੍ਰੇਸੀ ਹੈ, ਕੋਈ ਕਿਤੋਂ ਇਲੈਕਸ਼ਨ ਲੜ ਸਕਦਾ, ਪਰ ਵੋਟਾਂ ਲੋਕਾਂ ਨੇ ਪਾਉਣੀਆਂ, ਸੰਗਰੂਰ ਦੇ ਲੋਕ ਫੈਸਲਾ ਕਰਨਗੇ ਵੀ ਭਾਈ ਕਿਹਨੂੰ ਜਿਤਾਉਣਾ। ਤਿੰਨ ਉਮੀਦਵਾਰ ਤੁਹਾਡੇ ਬਰਾਬਰ ਪਹੁੰਚ ਚੁੱਕੇ ਨੇ, ਬਹੁਜਨ ਸਮਾਜ ਪਾਰਟੀ ਨੇ ਵੀ ਆਪਾਂ ਉਮੀਦਵਾਰ ਉਤਾਰ ਦਿੱਤਾ, ਅਕਾਲੀ ਦਲ ਨੇ ਵੀ ਉਤਾਰ ਦਿੱਤਾ, ਚੌਥੇ ਤੀਜੇ ਤੁਸੀਂ ਹੋ ਤੇ ਇੱਕ ਆਪਣਾ ਬਹੁਤੇ ਇਹਨਾਂ ਚੋਂ ਮਜਬੂਰੀ ਬਸ ਇਹ ਕੈਂਡੀਡੇਟ ਨੇ ਜਿਹੜੇ ਮੌਜੂਦਾ ਐਮ ਪੀ ਨੇ, ਕਿਹਦੇ ਨਾਲ ਸਮਝੋ ਕੀ ਟੱਕਰ? ਦੇਖੋ ਸਾਡੀ ਮੁੱਦਿਆਂ ਦੀ ਲੜਾਈ ਹੈ, ਅਸੀਂ ਡਿਵੈਲਪਮੈਂਟ ਦਾ ਏਜੰਡਾ ਲੈ ਕੇ ਚੱਲ ਰਹੇ ਹਾਂ। 2 ਸਾਲਾਂ 'ਚ ਅਸੀਂ ਜੋ ਕੰਮ ਕੀਤੇ ਹੈ ਉਹ ਲੋਕਾਂ ਦੇ ਵਿੱਚ ਲੈ ਕੇ ਜਾਣੇ ਹੈ, ਅਤੇ ਮੈਂ ਸਾਰੇ ਪਿੰਡਾਂ 'ਚ ਜਾ ਰਹੇ ਹਾਂ, ਸਾਰੇ ਕਿਤੇ ਲੋਕ ਕਹਿ ਰਹੇ ਹੈ ਵੀ ਭਾਈ ਜਿੰਨੇ ਕੰਮ ਆਮ ਆਦਮੀ ਪਾਰਟੀ ਨੇ ਪਹਿਲੇ 2 ਸਾਲਾਂ 'ਚ ਕੀਤੇ ਹੈ, ਪਿਛਲੀਆਂ ਜੇ ਅਸੀਂ 4-5 ਸਰਕਾਰਾਂ ਵੀ ਦੇਖਦੇ ਹਾਂ, ਕਿਸੇ ਸਰਕਾਰ ਨੇ ਤੂੰ 25% ਕੰਮ ਵੀ ਪਹਿਲੇ 2 ਸਾਲਾਂ 'ਚ ਨਹੀਂ ਕੀਤਾ, ਚਾਹੇ ਉਹ 600 ਯੂਨਿਟ ਬਿਜਲੀ ਵਾਲਾ ਹੋਵੇ, ਚਾਹੇ ਨਹਿਰੀ ਪਾਣੀ ਵਾਲਾ ਹੋਵੇ, ਚਾਹੇ ਜ਼ਿਮੀਂਦਾਰ ਨੂੰ ਜਿਹੜੀ 24 ਘੰਟੇ ਭਗਵੰਤ ਮਾਨ ਜੀ ਨੇ ਮੋਟਰਾਂ ਵਾਲੀ ਬਿਜਲੀ ਦਿੱਤੀ ਹੈ, ਚਾਹੇ ਨੌਕਰੀਆਂ ਹੋਣ। ਅੱਜ ਸੰਗਰੂਰ ਲੋਕ ਸਭਾ ਦਾ 1 ਵੀ ਪਿੰਡ ਨਹੀਂ ਜਿੱਥੇ ਸਰਕਾਰੀ ਨੌਕਰੀ ਨਾ ਮਿਲੀ ਹੋਵੇ। ਬਾਕੀ ਸ਼ਹੀਦਾਂ ਨੂੰ 1 ਕਰੋੜ ਰੁਪਇਆ ਦੇਣਾ, SSF ਮੁਹੱਲਾ ਕਲੀਨਿਕ, ਸੈਂਕੜੇ ਕੰਮ ਨੇ ਜਿਹੜੇ ਸਰਕਾਰ 'ਚ ਕੀਤੇ ਆ, ਹੋਰ ਸਾਰੀਆਂ ਸਰਕਾਰਾਂ ਲੋਕ ਜਾਣਦੇ ਕਿ ਲਾਸਟ 6 ਮਹੀਨਿਆਂ 'ਚ ਮਾੜਾ ਮੋਟਾ ਹੱਥ ਪੱਲਾ ਹਿਲਾਉਂਦੀਆਂ ਸੀ, ਪਹਿਲੇ 2 ਸਾਲ 'ਚ ਕਿਸੇ ਸਰਕਾਰ ਨੇ ਕੰਮ ਨਹੀਂ ਕੀਤਾ। ਮੈਨਾਂ ਨੂੰ ਬੜੀ ਉਮੀਦ ਸੀ ਕਿ 1000 ਰੁਪਏ ਵਾਲਾ ਜਿਹੜਾ ਐਲਾਨ ਹੈ ਉਹ ਪਾਰਟੀ ਕਰ ਸਕਦੀ ਹੈ ਲੋਕ ਸਭਾ ਚੋਣਾਂ ਨੂੰ ਦੇਖਦੇ। ਮੈਂ ਕਿਹਾ 5 ਸਾਲਾਂ 'ਚ ਸਾਰੇ ਵਾਅਦੇ ਪੂਰੇ ਕਰਾਂਗੇ, ਲੋਕਾਂ ਨੇ ਸਾਨੂੰ 5 ਸਾਲ ਲਈ ਵੋਟਾਂ ਪਾਈਆਂ ਸੀ, 2 ਸਾਲਾਂ 'ਚ 80% ਵਾਅਦੇ ਪੂਰੇ ਕਰ ਚੁੱਕੇ ਹਾਂ, ਬਾਕੀ ਵੀ ਕਰਾਂਗੇ।